ਜ਼ਿਲ੍ਹਾ ਗੁਰਦਾਸਪੁਰ ਦੇ ਦੋ ਪਿੰਡਾਂ ਚੋ ਤਮਾਕਾ ਖੇਸ ਸਮਗਰੀ ਮਿਲੀ ਹੈ ਪਿੰਡ ਅਮੀਰਪੁਰ ਦੇ ਕੋਲ ਸੋ ਦੱਸਦੀ ਕਿ ਪਿੰਡ ਅਮੀਰਪੁਰ ਦੇ ਕੋਲ ਸੂਏ ਚੋ ਤਮਾਕਾ ਖੇਸ ਸਮਗਰੀ ਬਰਾਮਦ ਹੋਈ ਹੈ ਹੈਂਡ ਗ੍ਰੇਨੇਡ ਮਿਲਣ ਦਾ ਵੀ ਜੁੜਾ ਹੈ ਖੱਛਾ ਜ਼ਾਹਿਰ ਕੀਤਾ ਗਿਆ ਹੈ ਸਦਰ ਪੁਲਿਸ ਵੱਲੋਂ ਪਿੰਡ ਸਲੀਮਪੁਰ ਅਫгана ਚੋ ਟਿਫਿਨ ਬੰਬ ਅਤੇ ਤਮਾਕਾ ਖੇਸ ਸਮਗਰੀ ਵੀ ਬਰਾਮਦ ਹੋਈ ਹੈ ਦੋਹਾਂ ਮਾਮਲੇ ਚ ਪੁਲਿਸ ਵੱਲੋਂ ਜਾਂਚ ਜਾਰੀ ਕੀਤੀ ਜਾ ਰਹੀ ਹੈ ਲੇਕਿਨ ਇਹ ਜਿਹੜੀ ਬਰਾਮਦਗੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਵੱਲੋਂ ਵੀ ਮੁਸਤੈਦੀ ਲਗਾਤਾਰ ਵਰਤੀ ਜਾ ਰਹੀ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਪਿੰਡਾਂ ਚੋਂ ਇਹ ਤਮਾਕਾ ਕੇ ਸਮਗਰੀ ਬਰਾਮਦ ਹੋਈ ਹੈ ਪਿੰਡ ਅਮੀਰਪੁਰ ਦੇ ਕੋਲ ਸੂਏ ਚੋਂ ਜਿੱਥੇ ਤਮਾਕਾ ਕੇ ਸਮਗਰੀ ਬਰਾਮਦ ਹੋਈ ਹੈ ਹੈਂਡ ਗ੍ਰੇਨੇਡ ਮਿਲਣ ਦਾ ਵੀ ਖੱਚਾ ਜ਼ਾਹਿਰ ਕੀਤਾ ਜਾ ਰਿਹਾ ਉਹਦਾ ਸਦਰ ਪੁਲਿਸ ਵੱਲੋਂ ਪਿੰਡ ਸਲੀਮਪੁਰ ਅਫਗਾਨਾ ਚੋਂ ਟਿਫਨ ਬੰਬ ਅਤੇ ਤਮਾਕਾ ਕੇ ਸਮਗਰੀ ਬਰਾਮਦ ਹੋਈ ਹੈ ਨਜ਼ਦੀਕ ਦੇ ਦੋਹਾਂ ਮਾਮਲਿਆਂ 'ਚ ਪੁਲਿਸ ਵੱਲੋਂ ਆਪਣੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਚੈਕਿੰਗ ਜੜੀ ਕੀਤੀ ਜਾ ਰਹੀ ਹੈ ਸੋ ਗੁਰਦਾਸਪੁਰ ਦੇ ਵਿੱਚ ਤਮ ਜੜੀ ਤਮਾਕਾ ਕੇ ਸਮਗਰੀ ਬਰਾਮਦ ਹੋਈ ਹੈ ਲਗਾਤਾਰ ਇਸ ਤੋਂ ਪਹਿਲਾਂ ਵੀ ਅਜਿਹੀਆਂ ਤਮਾਕਾ ਕੇ ਸਮਗਰੀਆਂ ਬਰਾਮਦ ਹੋ ਚੁੱਕੀਆਂ ਨੇ ਜੋ ਇਸ਼ਾਰਾ ਕਰਦੀਆਂ ਨੇ ਇਸ ਗਲਵਾਲ ਕੀ ਕਿਸੇ ਨਾ ਕਿਸੇ ਅਣਸੁਖਾਮੀ ਕਟਾਨ ਨੂੰ ਅੰਜਾਮ ਦੇਣ ਦੀਆਂ ਸਾਜਾ ਰਚੀਆਂ ਜਾ ਰਹੀਆਂ ਨੇ ਲੇਕਿਨ ਇੱਥੇ ਮੁਸਤੈਦੀ ਜੋ ਵਰਤੀ ਜਾ ਰਹੀ ਹੈ ਪੁਲਿਸ ਵੱਲੋਂ ਜਿੱਥੇ ਟਿਫਨ ਬੰਬ ਮਿਲਿਆ ਹੈ ਉੱਥੇ ਹੀ ਤਮਾਕਾ ਕੇਸ ਸਮਗਰੀ ਵੀ ਬਰਾਮਦ ਹੋਈ ਹੈ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅੰਦਰ ਤਮਾਕਾ ਕੇਸ ਸਮਗਰੀ ਮਿਲਣ ਦਾ سلسلہ ਲਗਾਤਾਰ ਜਾਰੀ ਹੈ ਜਿੱਥੇ ਬੀਤੇ ਕੱਲ ਪਿੰਡ ਸਲੀਮਪੁਰ ਅਰਾਇਆਂ ਵਿਖੇ 4 ਹੈਂਡ ਗ੍ਰੇਨੇਡ ਮਿਲੇ ਸਨ ਉੱਥੇ ਹੀ ਅੱਜ ਸਵੇਰੇ ਤੜਕਸਾਰ ਮੈਂ ਦੱਸਣਾ ਚਾਹਾਂਗਾ ਕਿ ਇਸ ਵਕ ਅਸੀਂ ਖੜੇ ਹਾਂ ਅਮੀਪੁਰ ਔਰ ਖੈਰਾ ਪਿੰਡ ਦੇ ਸੂਏ ਦੇ ਕੋਲ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਕੁਝ ਹੋਰ ਤਮਾਕਹੇ ਖੇ ਸਮਗਰੀ ਮਿਲਣਦੀ ਜਿਹੜੀ ਹੈ ਉਹ ਪੁਸ਼ਟੀ ਹੋ ਰਹੀ ਹੈ ਸੂਤਰਾ ਦੇ ਹਵਾਲੇ ਤੋਂ ਜੋ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਜੋ ਹੈ ਉਹ ਵੀ ਇੱਥੇ ਖੜੇ ਨੇ ਔਰ ਸੱਚ ਜੋ ਹੈ ਲਗਾਤਾਰ ਚੱਲ ਰਹੀ ਹੈ ਔਰ ਮੰਨੇ ਜਾ ਰਿਹਾ ਕਿ ਇੱਥੋਂ ਵੀ ਹੈਂਡ ਕਰ ਰੇਡ ਜੋ ਹੈ ਉਹ ਬਰਮਤ ਹੋਏ ਨੇ ਫਿਲਹਾਲ ਜੋ ਹੈ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇੱਥੇ ਸਾਰੀ ਜਾਂਚ ਕਰ ਰਹੇ ਨੇ ਔਰ ਇਸ ਵਕਤ ਜੇ ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਜੋ ਇਹ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਤਬਾਖੇ ਕੇ ਸਮਗਰੀਆਂ ਮਿਲੰਦਾ ਬੀਤੇ ਦਿਨ ਦੀਨਾ ਨਗਰ ਦੇ ਵਿੱਚ 1 ਕਿਲੋ ਆਰਡੀਐਕਸ ਮਿਲਿਆ ਸੀ ਔਰ ਇਸ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀਆਂ ਨੇ ਦੋ ਜਿਹੜੀਆਂ ਨੇ ਪਾਣੇ ਮੀਆਂ ਖਾ ਥਾਣੇ ਦੇ ਅੰਦਰ ਜੋ ਪਰਚਾ ਦਰਜ ਕੀਤਾ ਸੀ ਉਸ ਦੇ ਦੌਰਾਨ ਜੋ ਹੈ ਹੋਈਆਂ ਨੇ ਇੱਕ ਗ੍ਰਿਫਤਾਰੀ ਜਿਹੜੀ ਹੈ ਉਹ ਦੀਨਾਨਗਰ ਥਾਣੇ ਦੇ ਦੀਨ ਪਰਚਾ ਮਾਮਲਾ ਦਰਜ ਹੋਇਆ ਸੀ ਉਸ ਦੇ ਕੋਲੋਂ ਉਹੀ ਹੈ ਤੇ ਉਸ ਦੀ ਜਿਹੜੀ ਸਾਰੀ ਪੁੱਛਗਿੱਛ ਜਿਹੜੀ ਚੱਲ ਰਹੀ ਹੈ ਉਸ ਦੇ ਬਾਅਦ ਹੀ ਜਿਹੜੇ ਇਹ ਸਾਰੇ ਖੁਲਾਸੇ ਹੋ ਰਹੇ ਨੇ ਫਿਲਹਾਲ ਐਸਐਸਪੀ ਗੁਰਦਾਸਪੁਰ ਨਾਲ ਜਦੋਂ ਸਾਡੀ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਫਿਲਹਾਲ ਜੋ ਹੈ ਥੋਰੋ ਜਾਂਚ ਜੋ ਚੱਲ ਰਹੀ ਹੈ ਲਗਾਤਾਰ ਸਰਚ ਆਪਰੇਸ਼ਨ ਚੱਲ ਰਿਹਾ ਹੈ ਤੇ ਫਿਲਹਾਲ ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਜਿੰਨੇ ਚਿਰ ਤੱਕ ਛਾਣਬੀਨ ਨਹੀਂ ਹੋ ਜਾਂਦੀ ਪੂਰੀ ਤਰ੍ਹਾਂ ਤੱਕ ਜਿੰਨੇ ਚਿਰ ਤੱਕ ਸਾਰੀਆਂ ਚੀਜ਼ਾਂ ਸਪਸ਼ਟ ਨਹੀਂ ਹੋ ਜਾਂਦੀਆਂ ਉਹਨੇ ਚਿਰ ਤੱਕ ਫਿਲਹਾਲ ਹਲੇ ਉਹ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਸਬਰਥ ਦੇ ਤੇ ਹਾਲ ਮੈਂ ਦੱਸਣਾ ਚਾਹਾਂਗਾ ਕਿ ਇੱਥੇ ਜੋ ਸਰਚ ਕਰ ਰਹੇ ਨੇ ਪੁਲਿਸ ਮੁਲਾਜ਼ਮ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਇੱਥੇ ਵਗੈਰਾ ਅੱਗੇ ਜਿਹੜੇ ਕੋਈ ਸਰਚ ਚੱਲ ਰਹੀ ਹੈ ਜੀ ਤੇ ਕੀ ਕਿਸ ਲਈ ਇੱਥੇ ਖੜੇ ਆਪਾਂ ਹਾਂ ਜੀ ਹਾਂ ਜੀ ਸਰ ਤਾਂ ਹੋ ਰਹੀ ਹੈ ਕੋਈ ਕੋਈ ਮਤਲਬ ਤਮਾਕੀ ਖੇ ਦੇ ਸਮਗਰੀ ਜਿਵੇਂ ਮਿਲ ਰਹੀਆਂ ਨੇ ਉਸ ਦੇ ਸਬੰਧ ਵਿੱਚ ਹਾਂ ਹਾਂ ਜੀ ਹਾਂ ਜੀ ਆ ਤੁਸੀਂ ਸੁਣਿਆ ਹੈ ਕਿ ਕੁਝ ਤਮਾਕੀ ਖੇਸ ਸਮਗਰੀਆਂ ਜਿਹੜੀਆਂ ਲਗਾਤਾਰ ਮਿਲ ਰਹੀਆਂ ਨੇ ਉਸ ਦੇ ਸਬੰਧ ਦੇ ਵਿੱਚ ਹੀ ਜੋ ਹੈ ਇੱਥੇ ਲਗਾਤਾਰ ਸਰਚ ਜੋ ਹੈ ਉਹ ਚੱਲ ਰਹੀ ਹੈ ਫਿਲਹਾਲ ਮੈਂ ਦੱਸਣਾ ਚਾਹਾਂਗਾ ਕਿ ਪੁਲਿਸ ਮੁਲਾਜ਼ਮ ਜੋ ਨੇ ਉਹ ਖੁੱਲ ਕੇ ਕੋਈ ਗੱਲ ਜਿਹੜੀ ਹੈ ਕੈਮਰੇ 'ਕੇ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਵੱਡੇ ਅਧਿਕਾਰੀ ਜਦੋਂ ਆਣਗੇ ਉਹ ਇਸ ਸਬ ਦਾ ਖੁਲਾਸਾ ਕਰਨਗੇ ਪਰ ਮੈਂ ਦੱਸਣ ਜਾਵਾਂਗਾ ਕਿ ਲਗਾਤਾਰ ਤਮਾਕੀ ਖੇਸ ਸਮਗਰੀ ਮਿਲਣਾ ਇਸ ਰੱਦੀ ਜ਼ਿਲ੍ਹੇ ਦੇ ਅੰਦਰ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਧਰ ਲੋਕ ਵੀ ਜੋ ਨੇ ਉਹ ਲਗਾਤਾਰ ਇਸ ਨੂੰ ਲੈ ਕੇ ਥੋੜੀ ਜੀ ਚਿੰਤਨ ਹੈ ਕਿ ਕਿਉਂ ਜਿਹੜੀ ਹੈ ਇੰਨੀਆਂ ਵੱਡੀ ਮਾਤਰਾ ਦੇ ਵਿੱਚ ਇਹ ਸਾਰੇ ਚੀਜ਼ ਦੀ ਜੋ ਹੈ ਪੂਰੀ ਤਰ੍ਹਾਂ ਨਾਲ ਸ਼ਾਨਮਿਨ ਕਰ ਰਹੀ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ